ਫੈਕਟਾ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਕੋਟਲੀ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਾਈ ਤਰਸੇਮ ਜੀ ਜੋ ਕਿ ਪਿੰਡ ਸ਼ਾਹਪੁਰ ਦੇ ਨੇ ਸੋ ਇਹ ਕਾਰਪੈਂਟਰ ਦਾ ਕੰਮ ਕਰਦੇ ਨੇ ਇਹ ਕਾਫੀ ਸਮੇਂ ਤੋਂ ਡੇਰੇ ਸੱਚੇ ਸੌਦੇ ਦੇ ਨਾਲ ਜੁੜੇ ਹੋਏ ਨੇ ਜਾਣਦੇ ਆ ਇਹਨਾਂ ਦੇ ਜਵਾਨੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਭ ਨਾਮ ਬਾਈ ਜੀ ਬਾਈ ਤਰਸੇਮ ਸਿੰਘ ਜੀ ਹਾਂ ਤਰਸੇਮ ਸਿੰਘ ਜੀ ਬਾਈ ਜੀ ਕੀ ਕੰਮ ਕਰਦੇ ਹੋ ਮੈਂ ਕਾਰਪੈਂਟਰ ਹਾਂ ਜੀ ਅੱਛਾ ਜੀ ਬਾਈ ਜੀ ਡੇਰੇ ਦੇ ਨਾਲ ਕਦ ਤੋਂ ਜੁੜੇ ਹੋਏ ਹੋ ਮੈਂ ਬਾਈ ਜੀ ਦਰਬਾਰ ਨਾਲ ਜੁੜਿਆ ਹੋਇਆ ਜੀ 93 ਤੋਂ ਜੀ 1993 ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦਾ ਮਤਲਬ ਕਿ ਤੁਹਾਡੀ ਸੋਚ ਦੇ ਵਿੱਚ ਕੋਈ ਅੰਤਰ ਹੈ ਬਹੁਤ ਜ਼ਿਆਦਾ ਅੰਤਰ ਹੈ ਬਾਈ ਜੀ ਆਪਣਾ ਜਿਹੜੀ ਜ਼ਿੰਦਗੀ ਆ ਬਹੁਤ ਵਧੀਆ ਤਰੀਕੇ ਨਾਲ ਗੁਜ਼ਰ ਰਹੀ ਹੈ ਅਤੇ ਸਾਫ਼ ਸੁਥਰੀ ਗੁਜ਼ਰ ਰਹੀ ਹੈ ਬਾਈ ਜੀ ਠੀਕ ਹੈ ਬਾਈ ਜੀ ਕੋਈ ਇਹੋ ਜਿਹੀ ਗੱਲ ਦੱਸੋ ਵੀ ਜੋ ਤੁਸੀਂ ਡੇਰੇ ਦੇ ਨਾਲ ਜੁੜ ਕੇ ਛੱਡੀ ਹੋਵੇ ਜਾਂ ਪਹਿਲਾਂ ਦੀ ਤੁਹਾਡੀ ਕੋਈ ਪੁਰਾਣੀ ਆਦਤ ਹੋਵੇ ਬਾਈ ਜੀ ਵੈਸੇ ਚਲੋ ਨਸ਼ਾ ਵਗੈਰਾ ਤਾਂ ਆਪਾਂ ਪਹਿਲਾਂ ਵੀ ਨਹੀਂ ਕਰਦੇ ਸੀ ਪਹਿਲਾਂ ਵੀ ਪਰਿਵਾਰ ਸਾਡਾ ਧਾਰਮਿਕ ਵਿਚਾਰਾਂ ਵਾਲਾ ਹੀ ਹੈ ਬਾਈ ਜੀ ਪਰ ਦਰਬਾਰ ਨਾਲ ਜੁੜਨ ਦਾ ਦੇਖੋ ਵੱਡਾ ਕਾਰਨ ਜੋ ਵੀ ਹੈ ਹਰ ਇੱਕ ਬੰਦਾ ਇੱਕ ਏਜ ਦੇ ਵਿੱਚ ਗੁਜ਼ਰਦਾ ਜਦੋਂ ਕਿ ਉਸਦੀ 25-26 ਜਾਂ 30 ਤੋਂ ਹੁੰਦੀ ਹੈ ਜਵਾਨੀ ਵਾਲੀ ਉਮਰ ਉਸ ਟਾਈਮ ਹਰ ਇੱਕ ਕੋਈ ਚਲੋ ਕਿੱਡਾ ਵੱਡਾ ਵੀ ਜਿਵੇਂ ਕਹਿੰਦੇ ਹੁੰਦੇ ਨੇ ਬੰਦਾ ਤਾਂ ਉਹਨੂੰ ਵਿਚਾਰ ਉਹਦੇ ਇੱਧਰ ਉੱਧਰ ਹੋ ਜਾਂਦੇ ਨੇ ਉਸ ਸਮੇਂ ਤਾਂ ਜਿਹੜਾ ਦਰਬਾਰ ਨਾਲ ਜੁੜਨ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੋਇਆ ਬਾਈ ਜੀ ਜਿਵੇਂ ਹੁਣ ਮੈਟ੍ਰਿਕ ਆਪਣਾ ਕੀਤੀ ਹੈ ਅਤੇ 93 ਤੋਂ ਬਾਅਦ ਵੀ ਜਿਸ ਤਰ੍ਹਾਂ ਦਰਬਾਰ ਨਾਲ ਜੁੜ ਗਏ ਅਤੇ ਆਪ ਤੋਂ ਛੋਟੇ ਨੂੰ ਬੇਟਾ ਬਰਾਬਰ ਦੇ ਨੂੰ ਭੈਣ ਡੇਰੇ ਦੇ ਵਿੱਚ ਹੋਰ ਜਿਹੜੇ ਕੀ ਕੰਮ ਕਰਵਾਏ ਜਾਂਦੇ ਨੇ ਦਰਬਾਰ ਵਿੱਚ ਤਾਂ ਕੰਮ ਸਾਰੇ ਵੈਸੇ ਵਧੀਆ ਕਰਵਾਏ ਜਾਂਦੇ ਨੇ ਬਾਈ ਜੀ ਮਾਨਵਤਾ ਭਲਾਈ ਦੇ ਅਤੇ ਗਰੀਬ ਗੁਰਬੇ ਦੀ ਸਭ ਨੂੰ ਇੱਕ ਸਮਾਨ ਸਮਝਿਆ ਜਾਂਦਾ ਕਿਸੇ ਨੂੰ ਵੱਡਾ ਛੋਟਾ ਨਹੀਂ ਸਮਝਿਆ ਜਾਂਦਾ ਅਤੇ ਹਰ ਇੱਕ ਦੀ ਹਰ ਪੱਖੋਂ ਮਦਦ ਕੀਤੀ ਜਾਂਦੀ ਹੈ ਜਿਸ ਨੂੰ ਜਿਹੜੀ ਚੀਜ਼ ਮਕਾਨ ਦੀ ਜ਼ਰੂਰਤ ਆ ਤਾਂ ਮਕਾਨ ਬਣਾ ਕੇ ਦਿੱਤਾ ਜਾਂਦਾ ਹੈ ਕਿਸੇ ਦਾ ਬੱਚਾ ਗਰੀਬ ਹੈ ਉਸ ਨੂੰ ਪੜ੍ਹਾਈ ਵਾਸਤੇ ਕਿਤਾਬਾਂ ਵਗੈਰਾ ਜਾਂ ਕਿਸੇ ਨੂੰ ਬਿਮਾਰੀ ਹੈ ਕੋਈ ਉਹਦੇ ਵਾਸਤੇ ਦਵਾਈ ਬੂਟੀ ਦਾ ਬੰਦੋਬਸਤ ਕੀਤਾ ਜਾਂਦਾ ਬਾਈ ਜੀ ਮਤਲਬ ਵੀ ਲੜਕੀਆਂ ਨੂੰ ਅੱਗੇ ਆਉਣ ਵਾਸਤੇ ਜਾਂ ਸਮਾਜ ਦੇ ਵਿੱਚ ਲੜਕੀਆਂ ਦੇ ਉੱਤੇ ਜਿਹੜੇ ਅੱਤਿਆਚਾਰ ਹੋ ਰਹੇ ਨੇ ਜਾਂ ਲੜਕੀਆਂ ਕਈ ਕਿਸਮ ਦੇ ਗਲਤ ਧੰਦਿਆਂ ਦੇ ਵਿੱਚ ਫਸੀਆਂ ਚਲੀਆਂ ਜਾਂਦੀਆਂ ਨੇ ਗੁਰੂ ਜੀ ਨੇ ਉਹਨਾਂ ਬਾਰੇ ਕੋਈ ਕੀਤਾ ਕੋਈ ਮਤਲਬ ਕਿ ਕੋਈ ਉਪਰਾਲਾ ਕੀਤਾ ਉਹਨਾਂ ਨੂੰ ਬਾਹਰ ਕੱਢਣ ਲਈ ਹਾਂਜੀ ਬਾਈ ਜੀ ਗੁਰੂ ਜੀ ਨੇ ਸਭ ਤੋਂ ਵੱਡਾ ਜਿਵੇਂ ਕਹਿੰਦੇ ਨੇ ਆਪਾਂ ਮਾਨਵਤਾ ਭਲਾਈ ਦਾ ਕੰਮ ਗੁਰੂ ਜੀ ਨੇ ਕੀਤਾ ਵੈਸ਼ਿਆਂ ਨੂੰ ਆਪਣੀ ਬੇਟੀ ਬਣਾਇਆ ਦਰਬਾਰ ਵਿੱਚੋਂ ਸੇਵਾਦਾਰ ਭੇਜ ਕੇ ਉਹਨਾਂ ਨੂੰ ਬੁਲਾਇਆ ਗਿਆ ਆਪਣਾ ਖਰਚਾ ਕਰਕੇ ਅਤੇ ਉਹਨਾਂ ਨੇ ਵੀ ਆਪਣੀ ਉਹਨਾਂ ਨੂੰ ਭੈਣ ਬਣਾ ਕੇ ਦਰਬਾਰ ਲਿਆਂਦਾ ਅਤੇ ਉਸ 'ਤੇ ਖਰਚਾ ਕੀਤਾ ਅਤੇ ਇੱਕ ਮਿਸਾਲ ਮੈਂ ਹੋਰ ਦਿੰਦਾ ਬਾਈ ਜੀ ਜੋ ਜਿਸ ਤਰ੍ਹਾਂ ਗੁਰੂ ਜੀ 'ਤੇ ਇਲਜ਼ਾਮ ਜਿਹੜਾ ਸਭ ਤੋਂ ਵੱਡਾ ਥੋਪਿਆ ਗਿਆ ਵੈਸੇ ਤਾਂ ਸਾਰੇ ਝੂਠੇ ਨੇ ਬਾਈ ਜੀ ਮੇਰੀ ਬੇਟੀ ਪੜ੍ਹਦੀ ਆ ਦਰਬਾਰ ਬਾਈ ਜੀ ਗਰਲ ਸਕੂਲ ਸ਼ਾਹ ਸਤਨਾਮ ਜੀ ਸਿਰਸਾ ਵਿੱਚ ਜੀ ਜਿਸ ਤਰ੍ਹਾਂ ਆਪਾਂ ਹੁਣ ਸਮਾਜ ਦੇ ਵਿੱਚ ਦੇਖਦੇ ਹਾਂ ਬਾਈ ਜੀ ਅਤੇ ਆਪਾਂ ਸਾਰੇ ਆਪਦਾ ਆਲਾ ਦੁਆਲਾ ਵੀ ਦੇਖਦੇ ਹਾਂ ਆਪਾਂ ਆਪਦੇ ਆਲੇ ਦੁਆਲੇ ਦੇਖੋ ਬਾਈ ਜੀ ਕਿੰਨੇ ਸਕੂਲ ਨੇ ਕੋਈ ਕਿੰਨਾ ਨਾਮੀ ਗ੍ਰਾਮੀ ਹੈ ਕਿੰਨੇ ਵੀ ਜਿਵੇਂ ਕਹਿੰਦੇ ਨੇ ਕੋਈ ਵੀ ਕਹਿੰਦਾ ਹੋਵੇ ਕੋਈ ਵੀ ਮੰਨ ਲਓ ਸਾਡਾ ਸਿਸਟਮ ਇਹ ਆ ਜੀ ਸਾਡਾ ਸਿਸਟਮ ਇਹ ਆ ਗੱਲਾਂ 'ਚ ਇਹ ਕੁਛ ਮਾਰੀ ਬਾਈ ਜਾਵੇ ਜੀ ਅਗਲਾ ਤਾਂ ਤੁਸੀਂ ਇੱਕ ਵੀ ਸਕੂਲ ਮੈਨੂੰ ਇੰਡੀਆ ਜਾਂ ਵਰਲਡ 'ਚ ਦਿਖਾ ਦਿਓ ਜਿੱਥੇ ਲੜਕੀ ਨੂੰ ਭੈਣ ਜਾਂ ਦੀਦੀ ਕਿਹਾ ਜਾਂਦਾ ਹੋਵੇ ਮੁੰਡਿਆਂ ਵੱਲੋਂ ਤਾਂ ਮੈਂ ਇਹ ਸਕੂਲ ਜਿਹੜਾ ਸ਼ਾਹ ਸਤਨਾਮ ਜੀ ਗਰਲ ਸਕੂਲ ਸਿਰਸਾ ਵਿੱਚ ਦੇਖਿਆ ਜਿੱਥੇ ਕਿ ਜੰਗ ਬ੍ਰਿਗੇਡ ਜੇ ਆਲੇ ਦੁਆਲੇ ਵੀ ਵੈਸੇ ਤਾਂ ਉੱਥੇ ਸਿਸਟਮ ਹੈ ਹੀ ਨਹੀਂ ਇਸ ਤਰ੍ਹਾਂ ਦਾ ਚਲੋ ਜੇ ਕੋਈ ਲੜਕਾ ਸਕੂਲ ਦੇ ਵਿੱਚ ਜਾਊਗਾ ਵੀ ਜਾਂ ਕਿਸੇ ਕੰਮ ਵਗੈਰਾ ਜਾਂਦਾ ਤਾਂ ਉਹਨਾਂ ਨੂੰ ਬੁਲਾਉਣਾ ਪੈਂਦਾ ਤਾਂ ਭੈਣ ਜਾਂ ਦੀਦੀ ਤੋਂ ਬਗੈਰ ਉੱਥੇ ਬੋਲਦੇ ਨਹੀਂ ਹੈਗੇ ਇਹ ਸਭ ਤੋਂ ਵੱਡਾ ਫਰਕ ਹੈ ਜਿਹੜਾ ਇਹ ਸੱਚੇ ਸੌਦੇ ਵਿੱਚ ਹੈ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ ਬਾਈ ਜੀ ਬਾਈ ਜੀ ਮੀਡੀਆ ਦੇ ਵਿੱਚ ਕਾਫੀ ਮਤਲਬ ਕਿ ਤੁਸੀਂ ਦੱਸ ਰਹੇ ਹੋ ਮਾਨਵਤਾ ਭਲਾਈ ਦੇ ਕੰਮਾਂ 'ਚੋਂ ਡੇਰਾ ਦੀ ਜਿਹੜੀ ਹੈਗੀ ਸੋਚ ਬਹੁਤ ਵੱਡੀ ਹੈ ਪਰ ਮੀਡੀਆ 'ਚ ਜੋ ਪ੍ਰਚਾਰ ਹੋਇਆ ਉਹਦਾ ਕਿਸ ਤਰ੍ਹਾਂ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਬਾਈ ਜੀ ਮੀਡੀਆ ਬਾਰੇ ਤਾਂ ਦੇਖੋ ਹੁਣ ਹਰ ਇੱਕ ਬੰਦੇ ਨੂੰ ਪਤਾ ਚੱਲ ਗਿਆ ਪਹਿਲਾਂ ਇਹ ਵੀ ਸੱਚੇ ਸੌਦੇ ਦੀ ਉਹ ਕੁਰਬਾਨੀ ਹੈ ਇੱਕ ਜਿਹੜਾ ਜੇ ਮੰਨ ਲਓ ਇੰਨਾ ਸੁਣ ਕੇ ਵੀ ਚੁੱਪ ਬੈਠਿਆ ਤੁਸੀਂ ਕਿਸੇ ਨੂੰ ਇੱਕ ਗਾਲ ਕੱਢ ਦਿਓ ਤੁਹਾਨੂੰ 10 ਕੱਢੇਗਾ ਕੱਲਾ ਡੇਰਾ ਸੱਚਾ ਸੌਦਾ ਸਰਸਾ ਜਿਹਤੇ ਸਾਰੇ ਇਲਜ਼ਾਮ ਹੀ ਝੂਠੇ ਥੋਪੇ ਗਏ ਪਰ ਕਿਸੇ ਨੂੰ ਕਿਹਾ ਦਰਬਾਰ ਨੇ ਕਦੇ ਕਿਸੇ ਖਿਲਾਫ਼ ਕੋਈ ਗਲਤ ਲਫ਼ਜ਼ ਬੋਲਿਆ ਹੋਵੇ ਵੀ ਫਲਾਣੇ ਮੀਡੀਆ ਕਰਮਚਾਰੀ ਨੇ ਪੱਤਰਕਾਰ ਨੇ ਜਾਂ ਇੱਕ ਕਿਸੇ ਦੇ ਥੱਪੜ ਵੀ ਮਾਰਿਆ ਹੋਵੇ ਬਾਈ ਜੀ ਤੁਸੀਂ ਹੋਰ ਦੇਖੋ ਹੁਣ ਦਿੱਲੀ ਕਿਸਾਨਾਂ ਦਾ ਚੱਲ ਰਿਹਾ ਅੰਦੋਲਨ ਬਾਈ ਜੀ
ਉੱਥੇ ਵੀ ਪੱਤਰਕਾਰ ਆਉਂਦੇ ਨੇ ਝੂਠ ਬੋਲਦੇ ਨੇ ਅਤੇ ਉਹਨਾਂ ਨੂੰ ਭਜਾਉਂਦੇ ਨੇ। ਤਾਂ ਦੇਖੋ ਹੈ ਤਾਂ ਇੱਥੇ ਵੀ ਗਲਤ ਹੈ ਬਾਈ ਜੀ, ਕਿਉਂਕਿ ਝੂਠ ਬੋਲਣਾ ਤਾਂ ਸਭ ਤੋਂ ਵੱਡਾ ਪਾਪ ਹੈ। ਤਾਂ ਦਰਬਾਰ ਦੇ ਕਿਸੇ ਵੀ ਪ੍ਰੇਮੀ ਨੇ ਜਾਂ ਗੁਰੂ ਜੀ ਵੱਲੋਂ ਕਦੇ ਵੀ ਇੱਕ ਸ਼ਬਦ ਕਿਸੇ ਖਿਲਾਫ਼ ਨਹੀਂ ਕਿਹਾ ਗਿਆ ਬਾਈ ਜੀ, ਪਰ ਝੂਠ ਬੋਲ ਕੇ ਉਹਨਾਂ ਨੇ ਸਾਰਾ ਜ਼ੋਰ ਲਾ ਲਿਆ। ਸੰਗਤ ਅੱਜ ਵੀ ਉਸ ਪਹਿਲਾਂ ਨਾਲੋਂ ਵੱਧ ਚੜ੍ਹ ਕੇ ਦਰਬਾਰ ਜਾ ਰਹੀ ਹੈ, ਸੇਵਾ ਕਰ ਰਹੀ ਹੈ, ਮਾਨਵਤਾ ਭਲਾਈ ਦੇ ਕੰਮ ਸਾਰੇ ਜਿਉਂ ਦੇ ਤਿਉਂ ਬਰਕਰਾਰ ਚੱਲ ਰਹੇ ਨੇ ਬਾਈ ਜੀ। ਬਾਈ ਜੀ ਤੁਹਾਡੇ ਇਸ ਪਿੰਡ ਦੇ ਵਿੱਚ ਹੈ ਕੋਈ ਅਜਿਹੇ ਕੁਛ ਲੋਕ ਹੈਗੇ ਹੈ ਜਿਹਨਾਂ ਨੇ ਡੇਰੇ ਜਾ ਕੇ ਕੋਈ ਨਸ਼ਾ ਛੱਡਿਆ ਹੋਵੇ? ਬਾਈ ਜੀ ਸਾਡੇ ਪਿੰਡ ਦੇ ਤਾਂ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਨੇ ਦਰਬਾਰ ਜਾ ਕੇ ਆਪਣੀ ਜ਼ਿੰਦਗੀ ਬਹੁਤ ਵਧੀਆ ਬਣਾ ਲਈ, ਸਾਫ਼ ਸੁਥਰੀ ਬਣਾ ਲਈ। ਅਤੇ ਸਾਡਾ ਵੈਸੇ ਪਿੰਡ ਹੈ ਜਿਹੜਾ ਬਹੁਤ ਵਧੀਆ, ਆਪਸੀ ਪ੍ਰੇਮ ਪਿਆਰ ਬਹੁਤ ਹੈ। ਸਾਡੇ ਕੋਈ ਇਸ ਤਰ੍ਹਾਂ ਦਾ ਕੋਈ ਜਿਵੇਂ ਮਤਲਬ ਖਿੱਚੋ ਤਾਣੀ ਵਾਲਾ ਕੰਮ ਨਹੀਂ ਹੈਗਾ ਬਾਈ ਜੀ। ਅਤੇ ਇੱਥੇ ਆਪਣਾ ਸਾਰੇ ਰਲ ਮਿਲ ਕੇ ਰਹਿੰਦੇ ਨੇ ਅਤੇ ਸਾਡੇ ਸਾਰਾ ਪਿੰਡ ਹੈ ਜਿਹੜਾ ਬਾਈ ਜੀ ਇਹ ਦਰਬਾਰ ਨਾਲ ਤਕਰੀਬਨ 100 'ਚੋਂ ਜੇ ਕਹਿ ਦਈਏ ਤਾਂ 75% ਜੁੜਿਆ ਹੋਇਆ ਬਾਈ ਜੀ। ਤਰਸੇਮ ਸਿੰਘ ਜੀ, ਜੇਕਰ ਗੁਰੂ ਜੀ ਇਸ ਸਮੇਂ ਸਾਡੇ ਵਿੱਚ ਆ ਜਾਣਾ ਤਾਂ ਇਹਦਾ ਸਮਾਜ ਨੂੰ ਕੋਈ ਫਾਇਦਾ ਹੋਊਗਾ? ਬਾਈ ਜੀ ਗੁਰੂ ਜੀ ਦੇ ਆਉਣ ਦਾ ਤਾਂ ਦੇਖੋ ਬਹੁਤ ਵੱਡਾ ਫਾਇਦਾ ਹੋਊਗਾ, ਉਹ ਤਾਂ ਦੇਣ ਅਸੀਂ ਦੇ ਹੀ ਨਹੀਂ ਸਕਦੇ ਹੈਗੇ ਗੁਰੂ ਜੀ ਦਾ ਤਾਂ। ਅਤੇ ਆ ਜਾਣ ਦਾ ਮਤਲਬ ਤਾਂ ਕੀ ਹੈ ਬਾਈ ਜੀ, ਆਉਣਾ ਹੀ ਪਊਗਾ ਗੁਰੂ ਜੀ ਨੂੰ ਅਤੇ ਲਿਆਉਣਾ ਹੀ ਪਊਗਾ ਸਰਕਾਰਾਂ ਨੂੰ। ਬਾਈ ਜੀ ਅਸੀਂ ਭਿੱਜੀਆਂ ਅੱਖਾਂ ਨਾਲ ਕਹਿੰਦੇ ਹਾਂ ਬਾਈ ਜੀ, ਤੁਸੀਂ ਐਂ ਦੇਖੋ ਕਿ ਹਰ ਇੱਕ ਲੀਡਰ ਲੈ ਕੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਸਿਸਟਮ ਹੈ ਜਿਹੜਾ ਭ੍ਰਿਸ਼ਟ ਹੈ ਬਾਈ ਜੀ। ਅੱਜ ਆਪਣੀ ਜਿਹੜੀ ਨੌਜਵਾਨ ਪਨੀਰੀ ਹੈ ਬਾਈ ਜੀ ਕਿਉਂ ਬਾਹਰ ਜਾ ਰਹੀ ਹੈ? ਸਿਸਟਮ ਤੋਂ ਦੁਖੀ ਹਰ ਇੱਕ ਬੰਦਾ, ਹਰ ਇੱਕ ਬੰਦਾ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਜੀ, ਆਪਣੇ ਮੂੰਹ 'ਚੋਂ ਰੋਟੀ ਕੱਢ ਕੇ ਉਹਨਾਂ ਦੇ ਪੜ੍ਹਾਈ 'ਤੇ ਲਾਉਂਦਾ ਜੀ, ਕਿਉਂ ਨਹੀਂ ਉਰੇ ਰਹਿ ਕੇ ਰਾਜੀ ਹੈਗਾ ਜੀ? ਸਿਸਟਮ ਭ੍ਰਿਸ਼ਟ ਹੈ ਸਾਰਾ ਜੀ, ਸਿਸਟਮ ਕਰਕੇ ਹਰ ਇੱਕ ਬੰਦਾ ਦੁਖੀ ਹੈ ਜੀ। ਇਹ ਤਾਂ ਹਰ ਇੱਕ ਬੰਦੇ ਨੂੰ ਜਦੋਂ ਜਿਸ ਤਰ੍ਹਾਂ ਆਪਣਾ ਅੰਦੋਲਨ ਹੁਣ ਸਾਰੇ ਜੋ ਲੋਕ ਜਾਗ ਰਹੇ ਨੇ, ਲੀਡਰਾਂ ਨੂੰ ਮਜਬੂਰ ਕਰ ਰਹੇ ਨੇ। ਤਰਸੇਮ ਜੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਕੋਈ ਡੇਰੇ ਵੱਲੋਂ ਵੀ ਕਦਮ ਉਠਾਇਆ ਗਿਆ? ਡੇਰੇ ਵੱਲੋਂ ਜੀ ਦੇਖੋ, ਡੇਰੇ ਵੱਲੋਂ ਤਾਂ ਹਰ ਇੱਕ ਕਦਮ ਉਠਾਇਆ ਜਾ ਰਿਹਾ ਹੈ ਜੀ। ਇਹ ਅੱਜ ਦਾ ਨਹੀਂ, ਜਦੋਂ ਤੋਂ 1947 ਤੋਂ ਲੈ ਕੇ ਉਦੋਂ ਤੋਂ ਹੀ ਚੱਲ ਰਹੇ ਨੇ ਇਹ ਆਪਣਾ ਭ੍ਰਿਸ਼ਟਾਚਾਰੀ ਨੂੰ ਖਤਮ ਕਰਨ ਵਾਸਤੇ, ਵੀ ਰਿਸ਼ਵਤ ਨਾ ਲਿਓ ਨਾ ਦਿਓ, ਵੀ ਇਮਾਨਦਾਰੀ ਨਾਲ ਜੇ ਕੋਈ ਤੁਸੀਂ ਡਿਊਟੀ ਕਰਦੇ ਹੋ ਜਾਂ ਤੁਸੀਂ ਆਪਦਾ ਕੋਈ ਬਿਜ਼ਨਸ ਕਰਦੇ ਹੋ, ਜਿਸ ਤਰ੍ਹਾਂ ਮੈਂ ਕਾਰਪੇਂਟਰ ਹਾਂ, ਵੀ ਆਪਦਾ ਇਮਾਨਦਾਰੀ ਨਾਲ ਉਸਦਾ ਕੰਮ ਕਰੋ। ਕੰਮ ਕਰੇ ਤੋਂ ਬਗੈਰ ਜੋ ਵੀ ਤੁਸੀਂ 1 ਰੁਪਈਆ ਵੀ ਲੈਂਦੇ ਹੋ ਉਹ ਹਰਾਮ ਬਰਾਬਰ ਹੈ ਬਾਈ। ਜੋ ਤੁਸੀਂ ਕੰਮ ਕਰਦੇ ਹੋ ਹੱਕ ਹਲਾਲ ਦੀ ਕਮਾਈ ਕਰਕੇ, ਡੇਰੇ ਦਾ ਸੰਦੇਸ਼ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ। ਅਸੀਂ ਵੀ ਦੇਖਦੇ ਹਾਂ ਵੀ ਉਹ ਲੋਕ ਜਿਨ੍ਹਾਂ ਦੇ ਵਿੱਚ ਕੋਈ ਟੈਲੈਂਟ ਨਹੀਂ ਸੀਗਾ, ਡੇਰੇ ਸੱਚੇ ਸੁਰ ਨਾਲ ਜੁੜਨ ਤੋਂ ਬਾਅਦ, ਨਸ਼ੇ ਨੂੰ ਤਿਆਗਣ ਤੋਂ ਬਾਅਦ, ਲੱਖਾਂ ਉਹ ਲੋਕ ਨੇ ਜੋ ਲਘੂ ਉਦਯੋਗਾਂ ਦੇ ਵਿੱਚ ਆਪਣੀ ਕਿਸਮਤ ਨੂੰ ਅਜਵਾ ਕੇ ਆਪਣਾ ਕਾਰੋਬਾਰ, ਆਪਣਾ ਪਰਿਵਾਰ ਅਤੇ ਆਪਣੀ ਜਿਹੜੀ ਦੇਸ਼ ਦੇ ਪ੍ਰਤੀ ਦੇ ਵਿੱਚ ਜਿਹੜੀ ਯੋਗਦਾਨ ਦੇ ਵਿੱਚ ਆਪਣੀ ਤਰੱਕੀ ਜਿਹੜੀ ਦੇਸ਼ ਨੂੰ ਉੱਪਰ ਲਿਜਾਣ ਵਿੱਚ ਆਪਣਾ ਰੋਲ ਨਿਭਾ ਰਹੇ ਨੇ। ਸੋ ਤਰਸੇਮ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਜਿੱਥੇ ਵੀ ਅਸੀਂ ਗੱਲ ਕਰਦੇ ਹਾਂ ਤਾਂ ਉੱਥੋਂ ਕੋਈ ਨਾ ਕੋਈ ਜਿਹੜੀ ਗੱਲ ਨਿਕਲ ਕੇ ਆਉਂਦੀ ਹੈ ਬਾਈ ਜੀ ਨੂੰ। ਕਾਰਪੇਂਟਰ ਦਾ ਜਿਹੜਾ ਹੈਗਾ, ਪਹਿਲਾਂ ਨਸ਼ਾ ਕਰਦੇ ਸੀਗੇ, ਨਸ਼ਾ ਛੱਡਣ ਤੋਂ ਬਾਅਦ ਇੱਕ ਅਜਿਹੇ ਖੇਤਰ ਵਿੱਚ ਆ ਕੇ ਅੱਜ ਇਹ ਲੱਕੜ ਦੇ ਜਿਹੜੇ ਮਤਲਬ ਵੀ ਠੇਕੇਦਾਰ ਨੇ ਬਹੁਤ ਵਧੀਆ ਆਪਦਾ ਕੰਮ ਕਾਰ ਕਰ ਰਹੇ ਨੇ। ਸੋ ਅਸੀਂ ਤੁਹਾਨੂੰ ਫਿਰ ਕੋਈ ਰੂਬਰੂ ਅਜਿਹੇ ਸ਼ਖਸ ਨੂੰ ਕਰਾਵਾਂਗੇ ਜਿਹਨੇ ਡੇਰੇ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਸਵਾਰੀ ਹੋਵੇ। ਤਦ ਤੱਕ ਮੈਨੂੰ ਤਾਂ ਸੁਖਵਿੰਦਰ ਘੋਟਲੇ ਨੂੰ ਦਿਓ ਇਜਾਜ਼ਤ, ਧੰਨਵਾਦ।